ਹੁਣ ਫਿਰ ਰਾਤ ਦੇ 12 ਵਜੇ ਫਿਰ ਪੈ ਗਏ ਨੇ ਸਾਡੇ ਮੈਨੇ ਫਿਰ ਇੱਕ ਪਵਣੇ 1 ਵਜੇ ਸਾਡੇ ਮੈਨੇ ਫੋਨ ਕਿਹਾ ਹੈ ਵੀ ਇਸ ਤਰ੍ਹਾਂ ਸਾਨੂੰ ਮਾਰੀ ਜਾਂਦੇ ਨੇ ਸਾਡੀ ਮਾਤਾ ਮਾਰ ਕੇ ਮਾਰੀ ਜਾਂਦੇ ਨੇ ਫੋਨ ਦਾ ਰੋਲਾ ਸੀ ਰਾਹ ਅੱਗੇ ਦਿੱਤਾ ਵੀ ਵਾਹ ਦੁਬਾਰਾ ਲੈਣਾ ਚਾਹਦੇ ਸੀ ਫਿਰ ਨਕਨ ਦਾ ਬਾਥਰੂਮ ਤੋੜ ਦਿੱਤੇ ਬਰਾਂਡਾ ਥਾ ਦਿੱਤਾ ਨਾ ਸਮਾਨ ਥੱਲੇ ਆ ਗਿਆ ਰਾਤ ਦੇ 12 ਵਜੇ ਹਮਲਾ ਤੇ ਠਾਕਰੋ ਬਾਈ ਨੂੰ ਸਾਡੀ ਮਾਤਾ ਹੀ ਮੌਕੇ ਤੇ ਮਾਰ ਦਿੱਤਾ ਨੇ ਤੇ ਰਾਜ ਸਿੰਘ ਬਾਜ ਸਿੰਘ ਤੇ ਜੱਜ ਸਿੰਘ ਸਾਰੇ 8-9 ਜਣੇ ਰਲ ਕੇ ਆਏ ਨੇ ਤੇ ਸਾਡੇ ਤੇ ਹਮਲਾ ਕਰ ਦਿੱਤਾ ਨੇ ਸਾਨੂੰ ਮਾਰਦੇ ਸੀ ਸਾਡੀ ਬੇਬੇ ਨੇ ਅੱਗੇ ਵੀ ਕੋਸ਼ਿਸ਼ ਕੀਤੀ ਹਨ ਕਿ ਬਚਾਉਣ ਦੀ ਉਹਨੂੰ ਮਾਰਿਆ ਨੇ ਤੇ ਉਹਦੀ ਮੌਕੇ ਤੇ ਖਤਮ ਹੋ ਗਈ ਰੋਲਾ ਚੱਲ ਰਹੀ ਗਲੀ ਗਈ ਆ ਗਲੀ ਮੰਗਦੇ ਸੀ ਵੀ ਗਲੀ ਅੱਗੇ ਸ਼ਾਇਦ ਪੈਣ ਜ਼ਰੂਰੀ ਸੀ ਤਾਂ ਥੋੜ੍ਹੀ ਕਿਹੜੀ ਥਾਂ ਦੁਹਾ ਦਿੱਤੀ ਆ ਇਹ ਫਿਰ ਜੀ ਇਹਨਾਂ ਦਾ ਰੋਲ ਚੱਲਦਾ ਸੀ ਉਹ ਫਿਰ ਜੀ ਪਏ ਇਹਨਾਂ ਸਾਰੀ ਜਿਹੜੀ ਆਪਣੀ ਫਲੱਚ ਆ ਕਮਰਾ ਬਰਾਂਡੇ ਇਹ ਸਾਰੇ ਨੇ ਠਾਹ ਤੇ ਲੱਗਦੇ ਨੇ ਜੀ ਤੇ 14 ਤਰੀਕ ਨੂੰ ਮੇਰੇ ਮਾਂ ਪਿਓ ਉਹਨਾਂ ਨੇ ਨਾਲ ਲੜਾਈ ਕੀਤੀ ਇਹਨਾਂ ਕਮਰੇ ਟਾਏ ਇਹਨਾਂ ਕੁੱਟ ਮਾਰ ਕੀਤੀ ਤੇ ਅਸੀਂ ਇਹਨਾਂ ਸਾਡੇ ਮੈਨੇ ਫੋਨ ਕੀਤਾ ਅਸੀਂ ਉਸ ਦਿਨ ਵੀ ਰਾਤ ਦੇ 2 ਵਜੇ ਪਏ ਤੇ ਇਹਨਾਂ ਫਿਰ ਸਾਡੇ ਮੈਨੇ ਫੋਨ ਕੀਤਾ ਫਿਰ ਅਸੀਂ ਤਿਆਂ ਚਿੱਟੇ ਆ ਇਸ ਲਈ ਪਹੁੰਚੇ ਤੇ ਅਸੀਂ ਆਖਿਆ ਵੀ ਤੁਸੀਂ ਨਿਬੜ ਜਾਓ ਤੁਸੀਂ ਨਾ ਲੜਾਈ ਕਰੋ ਇਹ ਫਿਰ ਥਾਣੇ ਗਏ ਚਲੇ ਉੱਥੇ ਫਿਰ ਦਾਖਲ ਦੁਖਲ ਹੋਏ ਫਿਰ ਪਰਚੇ ਵੀ ਹੋ ਗਏ 2 ਇਹਨਾਂ ਦੇ ਤੇ ਹੁਣ ਫਿਰ ਰਾਤ ਦੇ 12 ਵਜੇ ਫਿਰ ਪੈ ਗਏ ਨੇ ਸਾਡੇ ਮੈਨੇ ਫਿਰ 1 ਪਵਣੇ 1 ਵਜੇ ਸਾਡੇ ਮੈਨੇ ਫੋਨ ਕਿਹਾ ਹੈ ਵੀ ਇਸ ਤਰ੍ਹਾਂ ਸਾਨੂੰ ਮਾਰੀ ਜਾਂਦੇ ਨੇ ਸਾਡੀ ਮਾਤਾ ਮਾਰ ਕੇ ਮਾਰੀ ਜਾਂਦੇ ਨੇ ਫੋਨ ਵਿੱਚ ਫਿਰ ਜਿੰਨੀਆਂ ਕੋਈ ਗੱਲਾਂ ਹੁੰਦੀਆਂ ਨੇ ਉੰਨੀਆਂ ਕੋਈ ਹੋਈਆਂ ਨੇ ਫਿਰ ਅਸੀਂ ਉੱਥੋਂ ਚੱਲ ਪਏ ਅਸੀਂ ਇੱਥੇ 4 ਵਜੇ ਪਹੁੰਚੇ ਅਤੇ ਨਾਲ ਮੇਰਾ ਸਹੁਰਾ ਸਰਪੰਚ ਅਤੇ ਅਸੀਂ 3 ਜਣੇ ਮਾਤਾ ਦੀ ਮੌਤ ਕਿਵੇਂ ਅਤੇ ਕਦੋਂ ਹੋਈ ਹੈ ਅਤੇ ਕਿੰਨੇ ਕੁ ਜਣੇ ਸ਼ਾਮਿਲ ਸੀਗੇ ਮੌਤ ਸਾਰੇ ਜਣੇ ਸਾਰੇ ਘਰ ਦੇ ਮੈਂਬਰ ਹੈਗੇ 2 ਘਰ ਇੱਥੇ ਬਾਹਰ ਹੈਗੇ ਨੇ 1 ਘਰ ਸਾਰੇ ਹੁਣ ਭੱਜ ਪੁੱਜ ਗਏ ਨੇ ਘਰ ਕੇ ਮਾਤਾ ਦੀ ਮੌਤ ਕਦੋਂ ਹੋ ਗਈ ਸੀ ਇਹ 12 ਵਜੇ ਹੋ ਗਈ ਸੀ ਇਸ ਵੇਲੇ ਡੈੱਡ ਬੋਡੀ ਕਿੱਥੇ ਹੈ ਇਸ ਵੇਲੇ ਹੁਣ ਡੈੱਡ ਬੋਡੀ ਪ੍ਰੋਵ ਹੋ ਰਹੀ ਹੈ ਦਾ ਰੋਲਾ ਸੀ ਰਾਹ ਅੱਗੇ ਦਿੱਤਾ ਵੀ ਵਾਹ ਦੁਬਾਰਾ ਲੈਣਾ ਚਾਹਦੇ ਸੀ ਫਿਰ ਨਕਨ ਦਾ ਬਾਥਰੂਮ ਤੋੜ ਦਿੱਤੇ ਬਰਾਂਡਾ ਥਾ ਦਿੱਤਾ ਨਾ ਸਮਾਨ ਥੱਲੇ ਆ ਗਿਆ ਫਿਰ ਤੀਜੀ ਵਾਰ 1 ਵਾਰੀ ਗਾਲ ਪਏ ਨੇ ਫਿਰ ਅੱਗੋਂ ਪਿੱਛੋਂ ਸੱਟਾਂ ਫੇਟਾਂ ਕੀਤੀਆਂ ਨੇ ਪਰਚੇ ਹੋ ਗਏ ਪੁਲਿਸ ਨੇ ਨਹੀਂ ਕੁਛ ਅਜੇ ਕੀਤਾ ਅਤੇ ਆਹ ਤੀਜੀ ਵਾਰ ਕੀਤਾ ਨੇ ਰਾਤ ਦੇ 12 ਵਜੇ ਹਮਲਾ ਅਤੇ ਠਾਕਰੋ ਬਾਈ ਨੂੰ ਸਾਡੀ ਮਾਤਾ ਹੀ ਮੌਕੇ 'ਤੇ ਮਾਰ ਦਿੱਤਾ ਨੇ ਕਿੰਨੇ ਕੁ ਜਣੇ ਗਏ ਸੀ ਅਤੇ ਕਿਹੜਾ ਘਰ ਸੀਗਾ ਜੀ 8 ਜਣੇ ਗਏ ਕਿਹੜਾ ਘਰ ਸੀਗਾ ਜੀ ਇੱਕ ਜੀਤ ਸਿੰਘ ਇੱਕ ਤਾਂ ਜੀਤ ਸਿੰਘ ਦਾ ਇੱਕ ਰਾਜ ਸਿੰਘ ਜੀ ਸਿੰਘ ਦਾ ਬਾਜ ਸਿੰਘ ਰਾਜ ਸਿੰਘ ਅਦੂਜੇ ਪਤ ਜੀ ਸਿੰਘ ਦਾ ਬਲਵੀਰ ਸਿੰਘ ਜੀ ਸਿੰਘ ਦਾ ਸੰਦੀਪ ਬਲਵੀਰ ਸਿੰਘ ਦਾ ਸਲਵਿੰਦਰ ਸਿੰਘ ਦੂਸਰਾ ਬਗੀਚਾ ਕਿੰਨੇ ਕੁ ਜਣੇ ਸ਼ਾਮਿਲ ਸੀਗੇ 8 ਜਣੇ ਹੈਗੇ ਸਨ 7 ਜਣੇ ਤੇ ਜੱਜ ਸਿੰਘ ਮੱਖਣ ਸਿੰਘ ਦਾ ਦਰਸ਼ਨ ਸਿੰਘ ਮੱਖਣ ਸਿੰਘ ਦਾ ਇਹ ਬੰਦੇ ਸਨ ਤੇ ਮੌਕੇ ਤੇ ਮਾਤਾ ਖਤਮ ਹੋ ਗਈ ਧਾਮਣ ਵੇਰੇ ਵੀ ਇਹਦੀ ਕਮਰੇ ਆ ਤੀਜੀ ਵਾਰ ਹਮਲਾ ਕਰਦੇ ਨੇ ਆ ਕੇ ਤੇ ਹੁਣ ਖੇਰੀ ਵੀ ਉਹ ਸੀ ਉਸ ਕਹਿੰਦੀ ਅਸੀਂ ਕਰਾਉਣਾ ਪਏ ਸਾਨੂੰ ਕੋਈ ਪਤਾ ਨਹੀਂ ਤੇ ਰਾਜ ਸਿੰਘ ਬਾਜ ਸਿੰਘ ਤੇ ਜੱਜ ਸਿੰਘ ਸਾਰੇ 8-9 ਜਣੇ ਰਲ ਕੇ ਆਏ ਨੇ ਤੇ ਸਾਡੇ ਤੇ ਹਮਲਾ ਕਰ ਦਿੱਤਾ ਨੇ ਸਾਨੂੰ ਮਾਰਦੇ ਸੀ ਸਾਡੀ ਬੇਬੇ ਨੇ ਅੱਗੇ ਵੀ ਕੋਸ਼ਿਸ਼ ਕੀਤੀ ਹਨ ਕਿ ਬਚਾਉਣ ਦੀ ਉਹਨੂੰ ਮਾਰਿਆ ਨੇ ਤੇ ਉਹਦੀ ਮੌਕੇ ਤੇ ਖਤਮ ਹੋ ਗਈ ਇਹ ਕਾਹਦਾ ਰੋਲਾ ਹੈਗਾ ਸੀ ਤੁਹਾਡਾ ਇਹ ਸਾਡਾ ਉਹ ਰਸਤੇ ਦਾ ਰੋਲਾ ਸੀ ਰਸਤਾ ਅੱਗੇ ਹੀ ਦੇ ਚੁੱਕੇ ਹਾਂ ਅੱਗੇ ਸਾਡੇ ਨਾ ਕਮਰੇ ਵੀ ਟਾਏ ਨੇ ਅਤੇ 14 ਤਰੀਕ ਦੀ ਗੱਲ ਹੈ ਉਦੋਂ ਅਸੀਂ ਪਰਚਾ ਵੀ ਇਹਨਾਂ ਤੋਂ ਕਟਵਾਇਆ ਸਾਡੀ ਪਰ ਕੋਈ ਸੁਣਵਾਈ ਨਹੀਂ ਹੋਈ ਜਿਹੜੀ ਮ੍ਰਿਤਕ ਬੀਬੀ ਠਾਕਰੋ ਦੇਵੀ ਉਹਦੇ ਪੁੱਤਰ ਦੀ ਕੀ ਹਾਲਤ ਹੈ ਸਰੀਰ ਦੀ ਉਹਦੇ ਜਿਹੜਾ ਛੋਟਾ ਪੁੱਤਰ ਹੈ ਉਹਦੇ ਗੱਲ ਪਏ ਨੇ ਉਹ ਹੋਸਪਿਟਲ 'ਚ ਇਸ ਟਾਈਮ ਵੀ ਦਾਖਲ ਨੇ
ਹੈਂਡੀਕੈਪ ਦੀ ਵੀ ਹੈਗਾ ਕੋਈ ਇਹਨਾਂ ਚੋਂ? ਹੈਂਡੀਕੈਪ ਛੋਟਾ ਤੇ ਵੱਡਾ ਇੱਕੋ ਹੀ ਹੈ ਜਿਹੜਾ ਸਹੀ ਸਲਾਮਤ। ਕਿੰਨੇ ਜਣਿਆਂ ਨੂੰ ਸੱਟਾਂ ਲਾਈਆਂ ਨੇ, ਕਿੰਨੇ ਜਣੇ ਸ਼ਾਮਿਲ ਸੀਗੇ? ਜੇ ਅਸੀਂ ਸਾਰੇ ਅਸੀਂ ਘਰ ਦੇ ਮੈਂਬਰ ਹੈਗੇ ਆ, ਸਾਰਿਆਂ ਨੂੰ ਵੀ ਗੁੱਝੀਆਂ ਸੱਟਾਂ ਮਾਰਿਆ ਕੁੱਟਿਆਂ ਨੇ, ਮਾਰ ਕੁੱਟ ਕੀਤੀ ਨੇ। ਅਤੇ ਜਿਹੜਾ ਮੇਰਾ ਛੋਟਾ ਦੇਵਰ ਹੈਂਡੀਕੈਪਟ, ਉਹਨੂੰ ਖਿੱਚੀ ਫਿਰੇ ਨੇ, ਉਹਨੂੰ ਵਿਚਾਰੇ ਨੂੰ ਵਾਹਵਾ ਸੱਟਾਂ ਲੱਗੀਆਂ ਨੇ। ਮਾਤਾ ਸਾਡੀ ਉਹਦੇ ਅੱਗੇ ਹੋਈ ਹੈ ਅਤੇ ਉਹਨੂੰ ਮਾਰਿਆ ਨੇ ਸਿਰ, ਪਤਾ ਨਹੀਂ ਆ ਇੱਥੇ ਕੀ ਮਾਰਿਆ ਨੇ, ਇਹ ਨਹੀਂ ਸਾਨੂੰ। ਰਾਤ ਕਿਸ ਵੇਲੇ ਦੀ ਘਟਨਾ ਜੀ? ਇਹ ਰਾਤ 12 ਵਜੇ ਦੀ ਸਰ। ਪਹਿਲਾਂ ਰੌਲਾ ਚੱਲਿਆ ਸੀ, ਗਲੀ ਹੀ ਆ, ਗਲੀ ਮੰਗਦੇ ਸੀ ਵੀ ਗਲੀ ਅੱਗੇ ਸ਼ਾਇਦ ਪਿੰਡ ਜੁੜੀ ਸੀ ਤਾਂ ਥੋੜ੍ਹੀ ਜਿਹੀ ਥਾਂ ਦੁਹਾ ਵੀ ਦਿੱਤੀ ਹੈ। ਇਹ ਫਿਰ ਜੀ ਇਹਨਾਂ ਦਾ ਰੋਲ ਚੱਲਦਾ ਸੀ, ਉਹ ਫਿਰ ਜੂ ਪਏ ਇਹਨਾਂ ਸਾਰੀ ਜਿਹੜੀ ਆਪਣੀ ਫਲੱਛ ਆ ਕਮਰਾ ਬਰਾਂਡੇ ਇਹ ਸਾਰੇ ਨੇ ਠਾਹ ਤੇ। ਇਹਨਾਂ ਦੇ ਪਹਿਲਾਂ ਉੱਥੇ ਆਪਣੇ ਖਰਚੇ ਪੁਰਚੇ ਹੋਏ ਨੇ ਇਹਨਾਂ ਦੇ। ਹੁਣ ਰਾਤ ਦੇ 12 ਵਜੇ ਫਿਰ ਸਾਡੇ ਕੋਲ ਟੈਲੀਫੋਨ ਜਦੋਂ ਗਿਆ, ਅਸੀਂ ਫਿਰ ਉੱਥੇ ਮੈਂ ਅਤੇ ਮੇਰਾ ਮੁੰਡਾ ਅਤੇ ਮੋਹਮੇ ਅਸੀਂ ਉੱਥੇ ਚੱਲ ਪਏ। ਅਸੀਂ ਮੌਕੇ 'ਤੇ ਇੱਥੇ ਆ ਗਏ ਜੇ ਲੰਮੀ ਪਈ ਆ ਨਾ ਵਿੱਚ ਗਲੀ ਦੇ ਡਿੱਗੀ ਪਈ ਆ, ਅਤੇ ਮੌਕੇ 'ਤੇ ਉਹਦੇ ਪੁਲਿਸ ਵੀ ਆਈ ਹੈ। ਇਹਨਾਂ ਦੇ ਸਾਰਿਆਂ ਦੇ ਬਿਆਨ ਨੂੰ ਲੈ ਕੇ ਬਹੁਤ ਦੁਖੀ ਆ। ਹਮਲੇ ਦੇ ਵਿੱਚ ਕਿਹਦੀ ਮੌਤ ਹੋਈ ਹੈ? ਇਹ ਜੀ ਆਪਣੀ ਠਾਕਰੋ ਬਾਈ ਇਹਨਾਂ ਦੀ ਮਾਤਾ, ਉਹਨਾਂ ਦੀ ਹੋਈ ਜੀ। ਅਤੇ ਉਹਨਾਂ ਰਾਤੀ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਪਹਿਲਾਂ ਮੈਨੂੰ ਕੁੱਟਮਾਰ ਕੀਤੀ ਨੇ। ਮੈਂ ਜਦੋਂ ਆਵਾਜ਼ ਮਾਰੀ, ਰੌਲਾ ਪਾਇਆ ਉੱਚੀ ਉੱਚੀ, ਵੀ ਮੈਨੂੰ ਮਾਰ ਗਏ। ਮੇਰੇ ਮੰਮਾ ਵਾਰੀ ਆਏ ਅਤੇ ਉਹਨੂੰ ਵੀ ਫੜ ਕੇ ਅਤੇ ਉਹਨੂੰ ਦੁਬਾਰ ਨਾਲ ਮਾਰਿਆ ਨੇ ਅਤੇ ਉਹਦੀ ਮੌਕੇ 'ਤੇ ਮੌਤ। ਕਿੰਨੇ ਜਣੇ ਸ਼ਾਮਿਲ ਸੀ ਰਾਤ ਹਮਲੇ 'ਚ? ਇਹ ਰਾਤ ਸ਼ਾਮਿਲ ਅੱਠ ਜਣੇ ਸੀ। ਕੀ ਨਾਮ ਨੇ? ਇੱਕ ਦੇ ਨਾਂ ਅਜੀਤ ਸਿੰਘ, ਰਾਜ ਸਿੰਘ, ਬਾਜ ਸਿੰਘ ਅਤੇ ਜੱਜ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ ਅਤੇ ਦੂਜਾ ਬੱਬੂ ਸਿੰਘ। ਤੁਹਾਡੀਆਂ ਲੱਤਾਂ ਪੈਰ ਕੰਮ ਕਰਦੇ ਨੇ? ਨਹੀਂ ਜੀ, ਮੇਰੀ ਗਲੀਆਂ ਹੱਥ ਹੀ ਕਰਦੇ ਆ ਕੰਮ ਅਤੇ ਹੈਂਡੀਕੈਪ। ਕਿਹੜੇ ਪਿੰਡ ਦੀ ਘਟਨਾ? ਰਾਉਟ 18 ਦੀ ਪਿੰਡ ਹੈ ਇੱਥੇ, ਜਿਹੜਾ ਵਾਪਰਾ ਹਾਦਸਾ ਵਾਪਰਿਆ। ਇੱਥੇ ਠਾਕਰੋ ਬੀਬੀ ਨਾਂ ਦੀ ਇੱਕ ਲੇਡੀ ਸੀਗੀ, ਜਿਹਨਾਂ ਦਾ ਪਹਿਲਾਂ ਵੀ ਮਕਾਨ ਨੂੰ ਢਾਇਆ ਗਿਆ ਸੀਗਾ। ਇੱਕ ਦਾ ਬਾਥਰੂਮ ਅਤੇ ਇੱਕ ਰੂਮ ਜਿਹੜਾ ਦੂਜੀ ਪਾਰਟੀ ਨੇ ਢਾਇਆ ਸੀਗਾ, ਜੀਤ ਸਿੰਘ ਵਗੈਰਾ ਨੇ, ਜਿਨ੍ਹਾਂ ਦੇ 452 ਦਾ ਪਰਚਾ ਪਹਿਲਾਂ ਦਰਜ ਹੈ ਆਲਰੇਡੀ ਪਿਛਲੇ ਮਹੀਨੇ। ਅਤੇ ਇਹਨਾਂ ਨੇ ਬੀਤੀ ਜਿਹੜੀ ਰਾਤ ਹੋਈ ਹੈ, ਇਹਨਾਂ ਨੇ ਉਹਦੀ ਮਾਤਾ ਦੀ ਕੁੱਟਮਾਰ ਕੀਤੀ, ਜਿਹਦੇ ਕਰਕੇ ਉਹਦੀ ਮੁੱਖੇ ਦੀ ਡੈਥ ਹੋ ਗਈ। ਕਿੰਨੇ ਕੁ ਜਣੇ ਸ਼ਾਮਿਲ ਨੇ? ਇਹ 12:30 ਵਜੇ ਰਾਤ ਲੜਾਈ ਹੋਈ ਹੈ, ਜਦੋਂ ਆਪਣੇ ਘਰ ਉਹ ਸੁੱਤੇ ਪਏ ਸੀਗੇ। ਰੋਸ਼ਨ ਸਿੰਘ ਜਿਹੜਾ ਹੈਂਡੀਕੈਪ ਹੈ, ਪੋਲੀਓ, ਜਮਾਂਦਰੂ ਜਿਹਨੂੰ ਪੋਲੀਓ ਹੈ, ਉਹ ਚੱਲ ਨਹੀਂ ਸਕਦਾ। ਉਹਨੂੰ ਉਹਦੀ ਪਹਿਲਾਂ ਕੁੱਟਮਾਰ ਕੀਤੀ, ਮਾਤਾ ਨੂੰ ਛੁਡਾਉਣ ਆਏ ਸੀਗੇ ਅਤੇ ਮਾਤਾ ਦੀ ਫਿਰ ਕੁੱਟਮਾਰ ਹੋਈ, ਜਿਹੜੀ ਮਾਤਾ ਦੇ ਸਿਰ ਦੇ ਸੱਟ ਵੱਜਣ ਕਰਕੇ ਮੌਕੇ 'ਤੇ ਡੈਥ। ਇਹ ਕਾਹਦੇ ਨਾਲ ਹਮਲਾ ਹੈ ਔਰ ਕਿੰਨੇ ਕੁ ਜਣੇ ਸ਼ਾਮਿਲ ਨੇ? ਇਹ 8 ਜਣੇ ਸੀਗੇ ਦੋਸ਼ੀ, ਅਤੇ 8 ਜਣਿਆਂ ਵੱਲੋਂ ਸਾਰਿਆਂ ਵੱਲੋਂ ਕੁੱਟਮਾਰ ਹੋਈ ਹੈ। ਮੌਕੇ 'ਤੇ ਮੌਤ ਹੋ ਗਈ? ਮੌਕੇ 'ਤੇ ਮੌਤ ਹੋ ਗਈ। ਅਤੇ ਕੀ ਜਾਂਚ ਚੱਲ ਰਹੀ ਹੈ ਇਸ ਵੇਲੇ ਔਰ ਲਾਸ਼ ਕਿੱਥੇ? ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ, ਤਫਤੀਸ਼ ਅੱਗੇ ਅਮਲ 'ਚ ਲਿਆਈ ਜਾ ਰਹੀ ਹੈ।